ਇੱਕ ਪਾਸੇ ਜਪ ਦਾ ਮੰਡਨ ਹੈ, ਦੂਜੇ ਪਾਸੇ ਜਪ ਦਾ ਖੰਡਨ ਹੈ। ਜਦੋਂ ਬੰਦਾ ਉਲਾਰੂ ਹੋ ਜਾਂਦਾ, ਇੱਕ ਪਾਸੜ ਹੋ ਜਾਂਦਾ, ਖਿਮਾ ਕਰਿਓ, ਜਿਹੋ ਜੀ ਬਿਰਤੀ ਹੁੰਦੀ ਹੈ, ਫਿਰ ਉਹ ਜਿਹਾ ਪ੍ਰਮਾਣ ਬਾਣੀ 'ਚੋਂ ਕੱਢ ਕੇ ਦੇਣ ਲੱਗ ਪੈਂਦਾ ਕਿ ਮਹਾਰਾਜ ਨੇ ਬਾਣੀ 'ਚ ਇਹ ਕਿਹਾ, ਸਤਿਗੁਰਾਂ ਨੇ ਇੰਨਾ ਕੁ ਸਾਡੀ ਸੁਰਤ ਦੀ ਬਰਾਬਰਤਾ ਰੱਖੀ, ਨਾ ਇਹਨੂੰ ਨਿੰਦਿਆ ਵਾਲੇ ਪਾਸੇ ਜਾਣ ਦਿੱਤਾ ਅਤੇ ਨਾ ਸਾਡੀ ਸੁਰਤ ਨੂੰ ਝੂਠੀ ਖੁਸ਼ਾਮਦ ਵਾਲੇ ਪਾਸੇ ਜਾਣ ਦਿੱਤਾ।